ਜੰਡਿਆਲਾ ਗੁਰੂ ਦੇ ਪਿੰਡ ਧਾਰੜ ਦੇ ਲੋਕਾਂ ਨੇ ਪਿੰਡ ਤੋਂ ਦੁਖੀ ਹੋ ਕੇ ਪੱਤਰਕਾਰਾਂ ਦੀ ਟੀਮ ਨੂੰ ਸੱਦ ਕੇ ਧਾਰੜ ਦੀ ਗਲੀ ਮੁਹੱਲੇ ਵਿੱਚ ਪਏ ਟੋਏ ਤੇ ਚਿੱਕੜ ਤੇ ਨਵੀਆਂ ਬਣੀਆਂ ਨਾਲੀਆਂ ਬਾਰੇ ਜਾਣਕਾਰੀ ਦਿੱਤੀ ਹੈ। ਪਿੰਡ ਵਾਸੀਆਂ ਨੇ ਬਾਰਿਸ਼ ਦੇ ਕਾਰਨ ਬਣੇ ਹੋਏ ਟੋਇਆਂ ਵਿੱਚ ਖੜੇ ਹੋ ਕੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਕਾਂ ਬਾਰੇ ਅਤੇ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ 10 ਸਾਲ ਪਹਿਲੇ ਅਕਾਲੀ ਸਰਕਾਰ ਦਾ ਰਾਜ ਦੇਖਿਆ ਹੈ ਅਤੇ ਹੁਣ ਅਕਾਲੀ ਦਲ ਦੇ ਸਰਪੰਚ ਦੇ ਕਾਂਗਰਸ 'ਚ ਜਾਣ ਨਾਲ ਸਰਕਾਰ ਬਦਲਣ 'ਤੇ ਹਜੇ ਤੱਕ ਕੋਈ ਵੀ ਵਿਕਾਸ ਨਹੀਂ ਹੋਇਆ। ਸਰਪੰਚ ਨੇ ਜੋ ਵੀ ਨਾਲੀਆਂ ਬਣਾਈਆਂ ਹਨ ਉਹਨਾਂ ਦਾ ਨਿਕਾਸ ਰੋਈ ਵਾਲੇ ਪਾਸੇ ਕੀਤਾ ਹੋਇਆ ਹੈ, ਪਰ ਰੋਈ ਵੱਲ ਪਾਣੀ ਜਾਣ ਦੀ ਬਜਾਏ ਸਾਰਾ ਪਾਣੀ ਪਿੰਡ ਵਿੱਚ ਵਾਪਸ ਆ ਰਿਹਾ ਹੈ। ਇਸ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਘਰਾਂ ਵਿੱਚ ਪਾਣੀ ਇਕੱਠਾ ਹੋ ਗਿਆ ਹੈ ਅਤੇ ਖਾਲੀ ਪਲਾਟ ਵੀ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਸ ਪਿੰਡ ਵਿੱਚ ਦੋ ਧਾਰਮਿਕ ਜਗ੍ਹਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਗਲੀ ਬਣਾਉਣ ਦਾ ਯਤਨ ਨਹੀਂ ਕੀਤਾ। ਇਸ ਜਗ੍ਹਾ 'ਤੇ ਬਹੁਤ ਹੀ ਮਸ਼ਹੂਰ ਪੀਰ ਬਾਬਾ ਹਸਨ ਸ਼ਾਹ ਅਲੀ ਜੀ ਦੀ ਜਗ੍ਹਾ ਹੈ ਜਿੱਥੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਗ੍ਰਾਂਟਾਂ ਆਉਣ ਦੇ ਬਾਵਜੂਦ ਵੀ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ MLA ਸਰਦਾਰ ਸੁਖਵਿੰਦਰ ਸਿੰਘ ਡੈਨੀ ਨੂੰ ਕਹਿ ਚੁੱਕੇ ਹਾਂ, ਪਰ ਉਹਨਾਂ ਨੇ ਵੀ ਅਜੇ ਤੱਕ ਸਾਨੂੰ ਲਾਰੇ ਹੀ ਲਾਏ। ਪਿੰਡ ਧਾੜਨਾ ਦਾ ਵਾਸੀ ਹਾਂ ਜੀ। ਸਾਡੇ ਪਿੰਡ ਅੱਜ ਤੋਂ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਸਾਡੇ ਪਿੰਡ 50-60 ਲੱਖ ਐਰਕੀ ਗ੍ਰਾਂਟ ਆਈ ਆ, ਲੇਕਿਨ ਇੱਕ ਪੈਸਾ ਨਹੀਂ ਸਰਪੰਚ ਨੇ ਲਾਇਆ। ਆਹ ਜਿਹੜਾ ਮੇਨ ਚੌਂਕ ਜਾਂਦਾ ਆ, ਇਹ ਜਾਂਦਾ ਕਬਰਸਤਾਨ ਵੀ ਆ, ਤੇ ਇੱਧਰ ਮੇਲਾ ਵੀ ਲੱਗਦਾ ਹਰ ਸਾਲ। ਕੀ ਕਾਰਨ ਹੈ ਜਿਹੜਾ ਸਰਪੰਚ ਸਾਹਿਬ ਨੇ ਪੈਸੇ ਨਹੀਂ ਲਾਏ? ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੇ ਪੱਖਵਾਦੀ ਕਰਦੇ ਆ ਜੀ। ਜੇ ਕੋਈ ਇਹਨਾਂ ਖਿਲਾਫ ਬੋਲਦਾ ਆ ਉੱਤੇ ਝੂਠੇ ਮੁਕੱਦਮੇ ਬਣਾਉਂਦੇ ਆ। ਆਹ ਵੀ ਸਾਡਾ ਭਿੱਖਲਤਾ ਆ, ਇਹਨੇ ਵੀ ਪਹਿਲਾਂ ਮੌਜੂਦਾ ਮੈਂਬਰ ਵੀ ਰਹੇ ਆ। ਇਹਨਾਂ ਨੇ ਜੇ ਆਵਾਜ਼ ਉਠਾਈ ਆ ਤੇ ਇਹਨਾਂ ਦੇ ਕਦੀ ਕਿਸੇ ਦਾ ਆਂਢੀਆਂ ਗੁਆਂਢੀਆਂ ਲੜਾ ਕੇ ਇਹਨੂੰ ਝੂਠੇ ਇਹਨਾਂ ਦੇ ਪਰਚੇ ਕਰਾਉਂਦੇ ਆ, ਤੇ ਉਹ ਪੱਖਵਾਦੀ ਕਰਕੇ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਕਰਦੇ। ਆਪਣਾ ਮਤਲਬ ਗਲੀਆਂ ਦਾ ਕਿੰਨਾ ਵਿਖੇ ਹੋ ਗਿਆ ਕੰਮ ਕੀਤਾ? ਨਾਲੇ ਜਾਂ ਗਲੀਆਂ ਦਾ ਕੋਈ ਕੰਮ ਕਰਾਇਆ ਗਿਆ, ਉਹ ਪੱਕੇ ਕਰਵਾਏ ਗਏ ਕਿ ਨਹੀਂ? ਮੇਰੀ ਉਮਰ ਇਸ ਟਾਈਮ ਜੀ 30 ਸਾਲ ਹੈ ਜੀ, ਪਰ ਮੈਂ 30 ਸਾਲਾਂ 'ਚ ਕਦੀ ਨਹੀਂ ਵੇਖਿਆ ਕਿ ਮੈਂ ਕਦੀ ਵਧੀਆ ਬਾਜ਼ਾਰ ਥਾਣੀ ਲੰਘਿਆ ਹੋਊਗਾ। ਬਸ ਇੱਦਾਂ ਹੀ ਆ ਜੀ, ਜਦੋਂ ਬਰਸਾਤਾਂ ਦੇ ਦਿਨ ਆਉਂਦੇ ਆ ਉਦੋਂ ਤਾਂ ਲੰਘਿਆ ਨਹੀਂ ਜਾਂਦਾ, ਅਸੀਂ ਤਾਂ ਆਪਣੇ ਘਰਾਂ 'ਚ ਰਹਿੰਦੇ ਹਾਂ। ਫਿਰ ਸਾਰੇ ਨਗਰ ਵਾਸੀ ਇਕੱਠੇ ਹੋ ਕੇ ਪਹਿਲਾਂ ਪਾਣੀ ਕੱਢਦੇ ਆ ਖੇਤਾਂ 'ਚ, ਪਾਣੀ ਕੱਢ ਕੇ ਗੁਜ਼ਾਰਾਂ ਦਾ ਖੇਤਾਂ 'ਚ, ਫਿਰ ਸਾਡਾ ਕੋਈ ਆਵਾਜਾਈ ਦਾ ਕੋਈ ਸਾਧਨ ਬਣਦਾ ਹੈ। ਪੈਸੇ ਜਿਹੜੇ ਆਏ ਵਾਪਸ ਚੱਲ ਗਏ ਜਾਂ ਉਹ ਕੀ ਕੀਤਾ ਗਿਆ ਉਹਨਾਂ ਪੈਸੇ? ਉਹਨਾਂ ਬਾਰੇ ਕੋਈ ਸਾਨੂੰ ਪਤਾ ਨਹੀਂ। ਜੇ ਅਸੀਂ ਪੁੱਛਦੇ ਹਾਂ ਬਲਾਕ ਜਾ ਕੇ, ਉਹ ਕਹਿੰਦੇ ਅਸੀਂ ਤੁਹਾਨੂੰ ਰਿਕਾਰਡ ਨਹੀਂ ਦੇਣਾ, ਤੁਸੀਂ ਕੌਣ ਹੁੰਦੇ? ਜੇ ਅਸੀਂ ਉਹ ਉਹਨਾਂ ਦੀ ਬਹੁਤ ਉੱਚੇ ਤੱਕ ਪਹੁੰਚਿਆ ਤਾਂ ਉਹ ਸਾਨੂੰ ਕੋਈ ਜਵਾਬ ਨਹੀਂ ਦਿੰਦੇ। ਸਾਬਕਾ ਮੈਂਬਰ ਪੰਚਾਇਤ ਵੀ ਆ, ਅਤੇ ਇਹ ਪਿੰਡ ਦੇ ਵਿੱਚ ਗ੍ਰਾਂਟ ਬਹੁਤ ਜ਼ਿਆਦਾ ਆਈ ਹੈ। 56 ਲੱਖ ਰੁਪਏ ਤਾਂ ਅਸੀਂ ਲਿਆ ਕੇ ਦਿੱਤਾ MLA ਜਲਾਲ ਸਮਾ ਸਾਹਿਬ ਕੋਲ, ਜਿਹੜਾ 1 ਰੁਪਇਆ ਨੇ ਉਹਨਾਂ ਲਾਇਆ। ਆਹ ਨਾਲਾ ਬਣਾਇਆ ਤੇ 6 ਮਹੀਨੇ ਨਾਲੇ ਬਣਾਏ ਨੂੰ ਹੋਇਆ, ਤੇ ਹਾਲਤ ਵੇਖ ਲਓ ਦੀ, ਜਿੱਦਾਂ 70 ਸਾਲ ਦਾ ਬਣਿਆ ਹੁੰਦਾ ਕੱਚੇ ਦਾ ਕੱਚਾ। ਦੇ ਟਾਈਮ ਨਾਲ ਵੀ ਨਹੀਂ ਪੈਸਾ ਲੱਗਿਆ ਇੱਥੇ? ਨਹੀਂ ਨਹੀਂ ਲੱਗਾ, ਕੋਈ ਲਾਇਆ ਨਹੀਂ ਪੈਸਾ। ਕਾਂਗਰਸ ਨੂੰ ਤਕਰੀਬਨ 1.5 ਸਾਲ ਹੋ ਚੱਲੇ ਜ਼ਿਕਰ? ਨਾ 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 ਕਾਂਗਰਸ ਦੇ ਹੁੰਦਾ ਨਾ ਅਕਾਲੀ ਦਲ ਦੇ ਹੁੰਦਾ, ਪੈਸੇ ਇਹਨੇ ਲਾਇਆ ਹੀ ਨਹੀਂਗਾ। MLA ਸਾਹਿਬ ਕੋਈ ਗੇੜਾ ਮਾਰਿਆ ਤੁਹਾਡੇ ਪਿੰਡ ਕੋਈ? ਉਹਨਾਂ ਨੂੰ ਉਹ ਆਉਂਦਾ ਮੈਂ ਇਨਕੁਆਇਰੀ ਕਰਾ ਦਿੰਦਾ, ਸਾਨੂੰ ਉੱਥੇ ਚੰਡੀਗੜ੍ਹ ਵੀ ਸੱਦਿਆ ਹੁੰਦਾ, ਪਰ ਉਹ ਮੁੜ ਕੇ ਸਾਡਾ ਉੱਥੇ ਡਾਇਰੈਕਟਰ ਨੂੰ ਮਿਲਿਆ। ਡਾਇਰੈਕਟਰ ਨੇ ਇਹਨਾਂ ਨੂੰ ਰਿਪੋਰਟ ਥਾਂ ਕੀਤੀ ਆ ਵੀ ਤੁਸੀਂ DDO ਪੇ ਉਹਨੇ ਵੀ ਤੁਸੀਂ ਸਾਨੂੰ ਇਹਦਾ ਰਿਕਾਰਡ ਲੈ ਕੇ ਸਾਡੀ ਇਹਦਾ ਮਤਲਬ ਰਿਪੋਰਟ ਕਰੋ 15 ਦਿਨਾਂ ਵਿੱਚ। ਤੁਸੀਂ MLA ਸਾਹਿਬ ਕੋਲ ਗਏ ਆਪਣਾ ਦੁੱਖ ਲੈ ਕੇ? ਡਾਇਰੈਕਟਰ ਕੋਲ ਗਏ ਚੰਡੀਗੜ੍ਹ, ਡੈਨੀ ਕੋਲ? ਨਾ ਡੈਨੀ ਕੋਲ ਨਹੀਂ, MLA ਸਾਹਿਬ ਨੂੰ ਤੁਸੀਂ ਡੈਲੀ ਕੋਲ ਹੁਣ ਗਏ ਥੋੜ੍ਹੇ ਦਿਨ ਹੋਇਆ? ਕੀ ਕਹਿਆ ਉਦੋਂ? ਨੂੰ ਆਖਿਆ ਵੀ ਸਾਡੇ ਪਿੰਡ ਦਾ ਵਿਕਾਸ ਕਰਾਓ ਅਤੇ ਸਾਡੇ ਪਿੰਡ ਵੋਟਾਂ ਤੁਹਾਨੂੰ ਤਾਂ ਹੀ ਪੈਣਗੇ ਵਿਕਾਸ ਕਰਾਉਣਗੇ। ਮੈਂ ਗਲੀਆਂ ਮੁਹੱਲਿਆਂ ਨਾਲੀਆਂ ਬਣਾਉਣ ਵਿੱਚ ਲਾ ਦਿੱਤੀ। ਪਿੰਡ ਵਾਲਿਆਂ ਦਾ ਜੋ ਕੂੜਾ ਕਰਕਟ ਗੋਹਾ ਘਰਾਂ ਦਾ ਹੁੰਦਾ ਹੈ ਉਹ ਨਾਲੀਆਂ ਵਿੱਚ ਸੁੱਟ ਕੇ ਨਾਲੀਆਂ ਬੰਦ ਕਰ ਦਿੰਦੇ ਹਨ। ਸਰਪੰਚ ਨੇ ਅੱਗੇ ਕਿਹਾ ਕਿ ਲੋਕ ਤਾਂ ਐਵੇਂ ਸਾਨੂੰ ਬਦਨਾਮ ਕਰਦੇ ਆ, ਮੈਂ ਆਪਣੀ ਪੈਨਸ਼ਨ ਦੇ ਪੈਸੇ ਵੀ ਇਸ ਵਿੱਚ ਪਾ ਕੇ 32 ਲੱਖ ਦੀ ਗ੍ਰਾਂਟ ਪਾ ਕੇ ਟਾਈਲਾਂ ਇੱਟਾਂ ਲਵਾਈਆਂ ਹਨ। ਪਤਾ ਨਹੀਂ ਫਿਰ ਵੀ ਲੋਕ ਕਿਉਂ ਬਦਨਾਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪਿੰਡ ਵਾਲੇ ਐਵੇਂ ਹੀ ਮੇਰੇ 'ਤੇ ਬੇਬੁਨਿਆਦੀ ਦੋਸ਼ ਲਗਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ
ਪਿੰਡ ਜਦੋਂ ਮੈਂ ਸਰਪੰਚ ਬਣਿਆ ਉਦੋਂ ਜਿੰਨਾ ਵੀ ਮਤਲਬ ਕੱਚਾ ਪਿੰਡ ਸਾਰਾ ਕੱਚਾ ਸੀ, ਪਹਿਲਾਂ ਕੋਈ ਵਿਕਾਸ ਨਹੀਂ ਹੋਇਆ। ਮੈਂ ਗਰੀਬਾਂ ਘਰਾਂ ਦੇ ਗਰੀਬ ਜਾਤੀ ਦੇ ਲੋਕਾਂ ਦੇ ਮੈਂ ਗਲੀਆਂ ਨਾਲੀਆਂ ਬਣਾਈਆਂ, ਇੰਟਰਲੋਕ ਇੱਟਾਂ ਲਾਈਆਂ, ਦੂਸਰੀਆਂ ਇੱਟਾਂ ਲਾਈਆਂ, ਮੈਂ ਸਾਰੇ ਇਹਨਾਂ ਦੇ ਗਰੀਬਾਂ ਦੇ ਕੰਮ ਕਾਰ ਕੀਤੇ ਆ। ਮੈਂ ਕੋਈ ਪੈਸਾ ਇਹ ਆਪਣਾ ਜ਼ਿਆਦਾ ਲਾਇਆ, ਮੈਂ ਘੱਟ ਨਹੀਂ ਲਾਇਆ। ਦੇਖੋ ਜੀ, ਉਹਨਾਂ ਦਾ ਕਹਿਣਾ ਇੰਟਰਲੋਕ ਟਾਇਲ ਕਿਤੇ ਵੀ ਨਹੀਂ ਲੱਗੀ, ਉਹਨਾਂ ਨੇ ਸਾਨੂੰ ਪਿੰਡ ਦੇ ਵਿੱਚ ਸਾਰਾ ਘੁੰਮਾ ਕੇ ਸਾਨੂੰ ਸ਼ੋਰ ਦਵਾਏ ਆ, ਉਹ ਕਹਿੰਦੇ ਇੰਟਰਲੋਕ ਟਾਇਲ ਕਿਤੇ ਨਹੀਂ ਲੱਗੀ। ਗੁਰਦੁਆਰਾ ਸਾਹਿਬ ਦੀ ਜਿਹੜੀ ਗਲੀ ਆ ਵੱਡੀ ਇਹ ਮੰਜੀਆਂ ਸਿੰਘਾਂ ਦੀ, ਉਹ ਪੂਰੇ ਇੰਟਰਲੋਕ ਇੱਟ ਲੱਗੀ ਆ, ਦੋਵੇਂ ਪਾਸੇ ਨਾਲੀਆਂ ਬਣੀਆਂ। ਤਕਰੀਬਨ ਤੁਸੀਂ ਕਿੰਨਾ ਕੁ ਰੁਪਈਆ ਆਇਆ ਅਤੇ ਕਿੰਨਾ ਕੁ ਤੁਸੀਂ ਇਹਦੇ 'ਤੇ ਖਰਚ ਕੀਤਾ, ਤੁਹਾਨੂੰ ਪੰਚਾਇਤ ਨੂੰ ਕਿੰਨਾ ਕੁ ਰੁਪਈਆ? ਪੰਚਾਇਤ ਨੂੰ 30 ਲੱਖ ਤੋਂ ਜ਼ਿਆਦਾ ਹੀ ਪੈਸਾ ਆਇਆ, 32 ਲੱਖ ਆ ਗਿਆ। ਅਤੇ ਇਸ ਤੋਂ ਮੈਂ ਜ਼ਿਆਦਾ ਹੀ ਪੈਸਾ ਲਾਇਆ ਵਾ, ਆਪਣੇ ਕੋਲੋਂ ਵੀ ਪੈਸਾ ਮੇਰਾ ਲੱਗਾ ਵਾ। ਜਦੋਂ ਜਿੱਥੇ ਵੀ ਇਨਕੁਆਇਰੀ ਕਰਨੀ ਆ ਕਰਕੇ ਵੇਖ ਲਓ, ਜੂਸੀਆਂ ਕਢਾ ਕੇ ਵੇਖ ਲਓ, ਵੀ ਮੇਰਾ ਪੈਸਾ ਜ਼ਿਆਦਾ ਲੱਗਾ ਵਾ। ਮੈਂ ਆਪਣੀ ਪੈਨਸ਼ਨ ਵੀ ਜਿਹੜੀ ਆਪਣੇ ਕੋਲੋਂ ਮੈਂ ਲਾਉਂਦਾ ਰਿਹਾ। ਤੁਹਾਡੇ ਕਹਿਣ ਦਾ ਮਤਲਬ ਤੁਸੀਂ ਵਿਕਾਸ ਪੂਰਾ ਕਰਾਇਆ ਜੀ। ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ, ਜੀਵੇ ਪੰਜਾਬ ਟੀਵੀ।